ਲੁਧਿਆਣਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੁੱਗੀ ਆਮਣੂ ਸਾਹਮਣੇ ਹੋ ਗਏ ਹਨ। ਸੰਸਦ ਮੈਂਬਰ ਬਿੱਟੂ ਤਿਰੰਗਾ ਬਾਈਕ ਰੈਲੀ ਕੱਢ ਰਹੇ ਸਨ, ਜਦਕਿ ਵਿਧਾਇਕ ਗੁਰਪ੍ਰੀਤ ਸਿੰਘ ਗੁੱਗੀ ਆਪਣੇ ਹਲਕੇ ਵਿੱਚ ਕੇਂਦਰ ਸਰਕਾਰ ਵੱਲੋਂ ਰੱਦ ਕੀਤੀ ਗਈ ਪੰਜਾਬ ਦੀ ਝਾਕੀ ਘੁਮਾਉਣ ਲਈ ਨਿਕਲੇ ਸਨ। ਘੁਮਾਰ ਮੰਡੀ ਨੇੜੇ ਦੋਵੇਂ ਨੇਤਾਵਾਂ ਵਿੱਚ ਝੜਪ ਹੋ ਗਈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਹਿੰਮਤ ਹੈ ਤਾਂ ਗੱਡੀ ਚੋਂ ਬਾਹਰ ਨਿਕਲੋ, ਮੈਂ ਬੇਅੰਤ ਸਿੰਘ ਦਾ ਪੋਤਾ ਹਾਂ, ਜੇਕਰ ਬੰਬ ਅਤੇ ਅੱਤਵਾਦੀ ਸਾਨੂੰ ਨਾ ਰੋਕ ਸਕੇ ਤਾਂ ਇਹ ਯਕੀਨੀ ਕੀ ਰੋਕੇਗਾ। ਅੱਜ ਕਾਂਗਰਸ ਪਾਰਟੀ ਸੜਕ ਤੇ ਲੋਕਾਂ ਨਾਲ ਗਣਤੰਤਰਤਾ ਦਿਵਸ ਮਨਾ ਰਹੀ ਹੈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਹਨਾਂ ਦੇ ਰੂਟ ਮੈਪ ਪਹਿਲਾਂ ਦੀ ਤਿਆਰੀ ਸੀ, ਅੱਜ ਬਿੱਟੂ ਉਹਨਾਂ ਦੀ ਯਾਤਰਾ ਵਿੱਚ ਕੋਈ ਵੀ ਆਗੂ ਆਪਣੀ ਗੱਡੀ ਤੇ ਝੰਡਾ ਲਾ ਕੇ ਸਿਆਸੀ ਰੈਲੀ ਨਹੀਂ ਕੱਢ ਸਕਦਾ। ਅੱਜ ਬਿੱਟੂ ਨੇ ਕਾਨੂੰਨ ਤੋੜਿਆ ਹੈ ਤੇ ਬਿੱਟੂ ਮੰਦਬੁੱਧੀ ਬੱਚਾ ਹੈ, ਬਿੱਟੂ ਬਰਸਾਤੀ ਡੱਡੂ ਹੈ। ਹੁਣ ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਇਹ ਡੱਡੂ ਬਾਹਰ ਆ ਗਿਆ। ਬਿੱਟੂ ਦੀਆਂ ਹਰਕਤਾਂ ਕਰਕੇ ਹੀ ਉਹ ਉਸ ਨੂੰ ਕੁੰਭਕਰਨ ਕਹਿੰਦੇ ਸਨ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ। ਧੰਨਵਾਦ। ਗੋਗੀ ਜੀ ਕੱਢੋ ਬਾਹਰ, ਲਲਕਾ ਰਹੇ ਨੇ ਐਮਪੀ ਬਿੱਟੂ। ਗੋਗੀ ਜੀ ਆਓ, ਨਿਕਲੋ ਬਾਹਰ, ਜੇ ਕਿੱਥੇ ਹੋ? ਗੋਗੀ ਜੀ ਗੱਡੀ ਦੇ ਮੂਹਰੇ ਐਮਪੀ ਨੇ ਰੋਕੋ ਤਿਰੰਗਾ ਯਾਤਰਾ, ਗੋਲੀਆਂ, ਅਸੀਂ ਬੰਬਾਂ ਤੋਂ ਨਹੀਂ ਡਰੇ। ਇਸ ਵਾਰ ਬੇਅੰਤ ਸਿੰਘ ਦਾ ਪੋਤਾ ਬੰਬ ਨਹੀਂ ਰੋਕ ਸਕੇ, ਕਹਿ ਸ਼ੱਕ ਨਹੀਂ ਰੋਕੂ ਅਸਲੀ ਡੈਡੀ ਕਹਿੰਦਾ। ਅੱਜ ਤਾਂ ਕੋਈ ਨੀ, ਉਹ ਹੀ ਪਤਾ ਲੱਗਿਆ। ਅੱਜ ਤਾਂ ਅਸੀਂ ਭੱਜ ਕੇ ਆਏ ਆ, ਲਲਕਾਰ ਕੇ ਖੜਾ ਸੀ ਮਾਂ ਦਾ ਪੁੱਤ, ਸਰਿਆਮ ਸ਼ਰਿਆ ਬਾਜ਼ਾਰ ਚ ਕੱਲਾ ਖੜਾ। ਇਹਦੇ ਨਾਲ ਤਾਂ ਜੈੱਡ ਪਲੱਸ ਆ, ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ, ਸ਼੍ਰੀ ਮੇਰੇ ਪੁਲਿਸ ਦੀਪ, ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ। ਖੜ ਜਾ, ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ, ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ। ਅਸੀਂ ਤੁਹਾਡੀ ਯਾਤਰਾ ਕਿੱਥੇ ਨੂੰ ਜਾਏਗੀ ਹੁਣ? ਇਹ ਯਾਤਰਾ ਲੋਕਾਂ ਦੇ ਨਾਲ ਆ, ਲੋਕਾਂ ਦੀ ਯਾਤਰਾ ਜਿੱਥੇ। ਗੋਗੀ ਜੀ ਕੱਢੋ ਬਾਹਰ, ਲਲਕਾ ਰਹੇ ਨੇ ਐਮਪੀ ਬਿੱਟੂ। ਗੋਗੀ ਜੀ ਆਓ, ਨਿਕਲੋ ਬਾਹਰ, ਜੇ ਕਿੱਥੇ ਹੋ? ਗੋਗੀ ਜੀ ਗੱਡੀ ਦੇ ਮੂਹਰੇ ਐਮਪੀ ਨੇ ਰੋਕੋ ਤਿਰੰਗਾ ਯਾਤਰਾ, ਗੋਲੀਆਂ, ਅਸੀਂ ਬੰਬਾਂ ਤੋਂ ਨਹੀਂ ਡਰੇ। ਇਸ ਵਾਰ ਬੇਅੰਤ ਸਿੰਘ ਦਾ ਪੋਤਾ ਬੰਬ ਨਹੀਂ ਰੋਕ ਸਕੇ, ਕਹਿ ਸ਼ੱਕ ਨਹੀਂ ਰੋਕੂ। ਲੁਧਿਆਣਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੁੱਗੀ ਆਮਣੂ ਸਾਹਮਣੇ ਹੋ ਗਏ ਹਨ। ਸੰਸਦ ਮੈਂਬਰ ਬਿੱਟੂ ਤਿਰੰਗਾ ਬਾਈਕ ਰੈਲੀ ਕੱਢ ਰਹੇ ਸਨ, ਜਦਕਿ ਵਿਧਾਇਕ ਗੁਰਪ੍ਰੀਤ ਸਿੰਘ ਗੁੱਗੀ ਆਪਣੇ ਹਲਕੇ ਵਿੱਚ ਕੇਂਦਰ ਸਰਕਾਰ ਵੱਲੋਂ ਰੱਦ ਕੀਤੀ ਗਈ ਪੰਜਾਬ ਦੀ ਝਾਕੀ ਘੁਮਾਉਣ ਲਈ ਨਿਕਲੇ ਸਨ। ਘੁਮਾਰ ਮੰਡੀ ਨੇੜੇ ਦੋਵੇਂ ਨੇਤਾਵਾਂ ਵਿੱਚ ਝੜਪ ਹੋ ਗਈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਹਿੰਮਤ ਹੈ ਤਾਂ ਗੱਡੀ ਚੋਂ ਬਾਹਰ ਨਿਕਲੋ, ਮੈਂ ਬੇਅੰਤ ਸਿੰਘ ਦਾ ਪੋਤਾ ਹਾਂ, ਜੇਕਰ ਬੰਬ ਅਤੇ ਅੱਤਵਾਦੀ ਸਾਨੂੰ ਨਾ ਰੋਕ ਸਕੇ ਤਾਂ ਇਹ ਯਕੀਨੀ ਕੀ ਰੋਕੇਗਾ। ਅੱਜ ਕਾਂਗਰਸ ਪਾਰਟੀ ਸੜਕ ਤੇ ਲੋਕਾਂ ਨਾਲ ਗਣਤੰਤਰਤਾ ਦਿਵਸ ਮਨਾ ਰਹੀ ਹੈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਹਨਾਂ ਦੇ ਰੂਟ ਮੈਪ ਪਹਿਲਾਂ ਦੀ ਤਿਆਰੀ ਸੀ, ਅੱਜ ਬਿੱਟੂ ਉਹਨਾਂ ਦੀ ਯਾਤਰਾ ਵਿੱਚ ਕੋਈ ਵੀ ਆਗੂ ਆਪਣੀ ਗੱਡੀ ਤੇ ਝੰਡਾ ਲਾ ਕੇ ਸਿਆਸੀ ਰੈਲੀ ਨਹੀਂ ਕੱਢ ਸਕਦਾ। ਅੱਜ ਬਿੱਟੂ ਨੇ ਕਾਨੂੰਨ ਤੋੜਿਆ ਹੈ ਤੇ ਬਿੱਟੂ ਮੰਦਬੁੱਧੀ ਬੱਚਾ ਹੈ, ਬਿੱਟੂ ਬਰਸਾਤੀ ਡੱਡੂ ਹੈ। ਹੁਣ ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਇਹ ਡੱਡੂ ਬਾਹਰ ਆ ਗਿਆ। ਬਿੱਟੂ ਦੀਆਂ ਹਰਕਤਾਂ ਕਰਕੇ ਹੀ ਉਹ ਉਸ ਨੂੰ ਕੁੰਭ
ਕਰਨ ਕਹਿੰਦੇ ਸਨ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ। ਧੰਨਵਾਦ। ਗੋਗੀ ਜੀ ਕੱਢੋ ਬਾਹਰ, ਲਲਕਾ ਰਹੇ ਨੇ ਐਮਪੀ ਬਿੱਟੂ ਜੀ, ਆਓ ਨਿਕਲੋ ਬਾਹਰ ਜੇ ਕਿੱਥੇ ਹੋ। ਗੋਗੀ ਦੀ ਗੱਡੀ ਦੇ ਮੂਹਰੇ ਐਮਪੀ ਨੇ ਰੋਕੋ ਤਿਰੰਗਾ ਯਾਤਰਾ, ਗੋਲੀਆਂ, ਅਸੀਂ ਬੰਬਾਂ ਤੋਂ ਨਹੀਂ ਡਰੇ, ਸਰਦਾਰ ਬਿਆਨ ਸਿੰਘ ਦਾ ਪੋਤਾ ਹਾਂ, ਬੰਬ ਨਹੀਂ ਰੋਕ ਸਕੇ, ਕਹਿ ਸ਼ੱਕ ਨਹੀਂ ਰੋਕੂ, ਜਾਣ ਬੁੱਝ ਕੇ ਕੱਢੀ ਯਾਤਰਾ ਇਹਨਾਂ ਵੱਲੋਂ। ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਸ ਗੱਲ, ਉਹਨਾਂ ਦਾ ਹੱਕ ਆ। ਸਾਂਸਦ ਬਿੱਟੂ ਨੇ ਵਿਧਾਇਕ ਗੋਗੀ ਦੀ ਗੱਡੀ ਉੱਤੇ ਜਿਵੇਂ ਕਹਿਤਾ, ਟੁਕੜਾ ਟੁਕੜਾ ਪਾਰਟੀ ਆ, ਇਹਨਾਂ ਦੇ ਕਿੰਨੇ ਦਾ ਖਸਮ ਨੇ, ਇਹਨਾਂ ਦਾ ਅਸਲੀ ਡੈਡੀ ਕਿਹੜਾ, ਅੱਜ ਤਾਂ ਕੋਈ ਨੀ ਉਹ ਵੀ ਪਤਾ ਲੱਗਿਆ, ਅੱਜ ਤਾਂ ਅਸੀਂ ਭੱਜ ਕੇ ਆਏ ਹਾਂ। ਗੋਗੀ ਲਲਕਾਰ ਕੇ ਗਏ ਨੇ, ਲਲਕਾਰ ਕੇ ਤਾਂ ਖੜਾ ਸੀ ਮਾਂ ਦਾ ਪੁੱਤ, ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ, ਇਹਦੇ ਨਾਲ ਤਾਂ ਜੈੱਡ ਪਲਾਸਾ, ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ, ਸ਼੍ਰੀ ਮੇਰੇ ਪੁਲਿਸ ਸਾਹਿਬ, ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ, ਖੜ ਜਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ, ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ, ਅਸੀਂ ਤੁਹਾਡੀ ਯਾਤਰਾ ਕਿੱਥੇ ਨੂੰ ਜਾਏਗੀ, ਇਹ ਯਾਤਰਾ ਲੋਕਾਂ ਦੇ ਨਾਲ ਆ, ਲੋਕਾਂ ਦੀ ਯਾਤਰਾ ਜਿੱਥੇ ਆ। ਗੋਗੀ ਜੀ ਕੱਢੋ ਬਾਹਰ, ਲਲਕਾ ਰਹੇ ਨੇ ਐਮਪੀ ਬਿੱਟੂ ਜੀ, ਆਓ ਨਿਕਲੋ ਬਾਹਰ ਜੇ ਕਿੱਥੇ ਹੋ। ਗੋਗੀ ਦੀ ਗੱਡੀ ਦੇ ਮੂਹਰੇ ਐਮਪੀ ਨੇ ਰੋਕੋ ਤਿਰੰਗਾ ਯਾਤਰਾ, ਗੋਲੀਆਂ, ਅਸੀਂ ਬੰਬਾਂ ਤੋਂ ਨਹੀਂ ਡਰੇ, ਸਰਦਾਰ ਬਿਆਨ ਸਿੰਘ ਦਾ ਪੋਤਾ ਹਾਂ, ਬੰਬ ਨਹੀਂ ਰੋਕ ਸਕੇ, ਕਹਿ ਸ਼ੱਕ ਨਹੀਂ ਰੋਕੂ, ਜਾਣ ਬੁੱਝ ਕੇ ਕੱਢੀ ਗਈ ਯਾਤਰਾ ਇਹਨਾਂ ਵੱਲੋਂ। ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਸ ਗੱਲ, ਉਹਨਾਂ ਦਾ ਹੱਕ ਆ। ਸਾਂਸਦ ਬਿੱਟੂ ਨੇ ਵਿਧਾਇਕ ਗੋਗੀ ਦੀ ਗੱਡੀ ਉੱਤੇ